ਜੀ ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਇਸ ਵੇਲੇ ਦੀ ਤਾਜ਼ਾ ਅਪਡੇਟ ਸਾਡੇ ਸਾਹਮਣੇ ਆ ਰਹੀ ਹੈ। ਰਿਆਸੀ ਤੋਂ ਬਾਅਦ ਜੰਮੂ ਡਿਵੀਜ਼ਨ ਦੇ ਕਠੂਆ ਅਤੇ ਡੋਡਾ 'ਚ ਅੱਤਵਾਦੀ ਹਮਲੇ ਗੰਭੀਰ ਚਿੰਤਾ ਦਾ ਸਬੱਬ ਬਣਨੇ ਚਾਹੀਦੇ ਨੇ। ਇਹ ਹਮਲੇ ਇਹੀ ਦੱਸ ਰਹੇ ਨੇ ਕਿ ਅੱਤਵਾਦੀ ਬੇਲਗਾਮ ਹੁੰਦੇ ਜਾ ਰਹੇ ਨੇ ਅਤੇ ਜੰਮੂ ਖੇਤਰ 'ਚ ਉਸੇ ਹੀ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਹੇ ਨੇ ਜਿਹੋ ਜਿਹੇ ਇੱਕ ਸਮੇਂ 'ਚ ਉਹਨਾਂ ਨੇ ਦੱਖਣੀ ਕਸ਼ਮੀਰ 'ਚ ਪੈਦਾ ਕੀਤੇ ਸੀ। ਇਸ ਨਤੀਜੇ ਦੇ ਪੁੱਜਣ ਦੇ ਢੁੱਕਵੇਂ ਕਾਰਨ ਇਹ ਹਨ ਕਿਉਂਕਿ ਅੱਤਵਾਦੀਆਂ ਨੇ ਕਸ਼ਮੀਰ ਦੀ ਥਾਂ ਜੰਮੂ ਦੇ ਉਹਨਾਂ ਇਲਾਕਿਆਂ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਜੋ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਹਨ। ਇਹ ਆਮ ਗੱਲ ਹੈ ਕਿ ਅੱਤਵਾਦੀਆਂ ਦੀ ਹਿਮਾਕਤ ਇੰਨੀ ਜ਼ਿਆਦਾ ਵੱਧ ਜਾਏਗੀ ਕਿ ਉਹ 60 ਘੰਟਿਆਂ ਦੇ ਅੰਦਰ 3 ਜਗ੍ਹਾ ਹਮਲੇ ਕਰਨ 'ਚ ਸਮਰੱਥ ਰਹਿਣਗੇ। ਉਹਨਾਂ ਨੇ ਨਾ ਸਿਰਫ ਬੇਨੁਗਾਹ ਨਿਹੱਥੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਸਗੋਂ ਕਰਮੀਆਂ ਨੂੰ ਵੀ ਉਹਨਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਹੋਏਗੀ। ਅਜਿਹੀ ਕਿਸੇ ਕਾਰਵਾਈ ਦੇ ਠੋਸ ਨਤੀਜੇ ਉਦੋਂ ਹਾਸਲ ਹੋਣਗੇ ਜਦੋਂ ਪਾਕਿਸਤਾਨ ਨੂੰ ਵੀ ਸੜਕ ਸਿੱਖਿਆ ਆ ਜਾਏਗਾ, ਕਿਉਂਕਿ ਇਹ ਸ਼ੱਕ ਨਹੀਂ ਹੈ ਕਿ ਸ਼ਹਿ ਹੀ ਜੰਮੂ ਕਸ਼ਮੀਰ ਦੇ ਅੱਤਵਾਦੀ ਗਤੀਵਿਧੀਆਂ ਨੂੰ ਦੇ ਰਹੀ ਹੈ। ਬਾਕੀ ਖ਼ਬਰ ਨੂੰ ਅੰਦਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।